ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮ ਅਲੈਕਮ ਵੀਵਰਸ ਕੀ ਹਾਲ ਰਿਹਾ ਮੇਰੇ ਕਾ ਤੁਸੀਂ ਖੈਰ ਇਤਨ ਹੋਵੋਗੇ ਅੱਲਾਹ ਤੁਹਾਨੂੰ ਜ਼ਿੰਦਗੀ ਤੰਦਰੁਸਤੀ ਦੇਵੇ ਮੈਂ ਅੱਜ ਲੈ ਕੇ ਆਈ ਹਾਂ ਤੁਹਾਡੇ ਵਾਸਤੇ ਵਾਈਟ ਪੁਲਾਓ ਇੰਨਾ ਮਜ਼ੇਦਾਰ ਇੰਨਾ ਟੇਸਟੀ ਕਿ ਤੁਹਾਡੇ ਪੂਰੇ ਮੱਲੇ ਦੇ ਵਿੱਚ ਰੋਲਾ ਪੈ ਜਾਏਗਾ ਕਿ ਤੁਸੀਂ ਪੁਲਾਓ ਬਣਾਇਆ ਹੈ ਪੁਲਾਓ ਸ਼ੁਰੂ ਕਰਨ ਤੋਂ ਪਹਿਲੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦਾ ਬਟਨ ਦਬਾ ਕੇ ਤੇ ਸ਼ੇਅਰ ਵੀ ਲਾਜ਼ਮੀ ਕਰਿਓ ਜੇ ਤੇ ਜ਼ਰੂਰ ਟਰਾਈ ਕਰਨਾ ਸਾਨੂੰ ਅਸੀਂ ਕਰੀਏ ਹੋਣਾ ਪਲਾਉ ਸ਼ੁਰੂ ਇੱਕ ਕੱਪ ਕੜਾਈ ਦੇ ਵਿੱਚ ਅਸੀਂ ਲੈ ਲਿਆ ਤੇਲ ਲੈ ਲੋ ਜਾਂ ਘਿਓ ਲੈ ਲੋ ਉਹਨੂੰ ਜਰਾ ਗਰਮ ਕਰਕੇ ਜਦੋਂ ਅੱਛੀ ਤਰ੍ਹਾਂ ਗਰਮ ਹੋ ਜਾਏ ਤੇ ਉਹਦੇ ਵਿੱਚ ਇੱਕ ਵੱਡੇ ਸਾਈਜ਼ ਦਾ ਤੁਸੀਂ ਪਿਆਜ਼ ਪਾ ਦੇਣਾ ਪਿਆਜ਼ ਨੂੰ ਅੱਛੀ ਤਰ੍ਹਾਂ ਤੁਸੀਂ ਬ੍ਰਾਊਨ ਕਰਨਾ ਹੈ ਐ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਬਸ ਹਲਕਾ ਜਿਹਾ ਜਦੋਂ ਕਲਰ ਆਣਾ ਸ਼ੁਰੂ ਹੋ ਜਾਵੇ ਬਸ ਹੋਣੀ ਦੇ ਭੁੰਨਣਾ ਹੈ ਉਸ ਤੋਂ ਜ਼ਿਆਦਾ ਨਹੀਂ ਭੁੰਨਣਾ ਵਰਨਾ ਸਾਰਾ ਜਿਹੜਾ ਕਲਰ ਹੈ ਨਾ ਉਹ ਖਰਾਬ ਹੋ ਜਾਏਗਾ ਚਾਵਲਾਣਾ ਪਲਾ ਉਹ ਖਰਾਬ ਹੋ ਜਾਏਗਾ ਇੱਕ ਚਮਚ ਪਰ ਕੇ ਥੋਮ ਮਦਰਕ ਦਾ ਪੇਸਟ ਇਹਨਾਂ ਵਿੱਚ اچھی طرح ਕਮ ਸਕਮ ਤੁਸੀਂ 2 ਮਿੰਟ ਨੂੰ ਭੁੰਨਣਾ ਹੈ ਇਹ ਦੇਖੋ ਜੀ ਬਸ ਇੰਨਾ ਹੀ ਇਹਨੂੰ 골ਡਨ ਕਰਨਾ ਹੈ ਇਸ ਤੋਂ ਜ਼ਿਆਦਾ ਨਹੀਂ ਕਰਨਾ ਥੋੜਾ ਜਿਹਾ ਪਾਣੀ ਐਡ ਕਰ ਦੋ ਇਸ ਲਈ ਕਿ ਜਦੋਂ ਇਹ ਚੁ ਖੁਸ਼ਕ ਮਸਾਲੇ ਪਾਣੇ ਨੇ ਨਾ ਉਹ ਵਿੱਚ ਜਲਨ ਇਸ ਲਈ ਪਾਣੀ ਦੀ ਨਮੀ ਹੋਣੀ ਵਿੱਚ ਜ਼ਰੂਰੀ ਹੈ ਕੜੀ ਪੱਤਾ ਜੇਕਰ ਵੱਡਿਆਂ ਦੇ ਦੋ ਪਾਲ ਛੋਟਾ ਤੇ ਤਿੰਨ ਪਾਲ ਦੋ ਵੱਡੀਆਂ ਇਲਾਚੀਆਂ ਦਾਲ ਚੀਨੀ ਅਗਰ ਤੜਕਾ ਵੱਡੀਆਂ ਸਟਿਕਰ ਨੇ ਇੱਕ ਪਾਲੋ ਜਾਂ ਦੋ ਪਾਲੋ ਮੇਰੇ ਕੋਲ ਛੋਟੀਆਂ ਸੀ ਇਸ ਲਈ ਮੈਂ ਜ਼ਿਆਦਾ ਪਾਈਆਂ ਨੇ ਤੇ ਇਸ ਤੋਂ ਬਾਅਦ ਅਸੀਂ ਵਿੱਚ ਇਹਦੇ ਐਡ ਕਰਾਂਗੇ ਪੰਜ ਲੌਂਗ ਤੇ ਚੰਦ ਕਾਲੀਆਂ ਮਿਰਚਾਂ ਸਾਬਤ ਹੀ ਪਾਉਣੀਆਂ ਨੇ ਕੁੱਟੀਆਂ ਹੋਈਆਂ ਨਹੀਂ ਪਾਉਣੀਆਂ ਛੋਟੇ ਢਾਈ ਚਮਚ ਤੁਸੀਂ ਸੁਰਖ ਮਿਰਚ ਪਾ ਲੈਣੀ ਇਹਦੇ ਜੀ ਨਮਕ ਹਸਬੇ ਜ਼ੈਕ ਇੱਕ ਖਾਣੇ ਦਾ ਚਮਚ ਸੁੱਕਾ ਧਨੀਆ ਲੈ ਕੇ ਉਹਨੂੰ ਅੱਛੀ ਤਰ੍ਹਾਂ ਆਪਣੀ ਥੈਲੀ ਤੇ ਰੱਖ ਕੇ ਨਾ ਮਸਲਨਾ ਕਿ ਉਹਦੇ ਜਿਹੜੇ ਬੀਜ ਖੁੱਲ ਜਾਣ ਤੇ ਅੰਦਰੋਂ ਖੁਸ਼ਬੂ ਦੀ ਬਾਹਰ ਆਏ। ਜੀਰਾ ਇੱਕ ਵੱਡਾ ਚਮਚ ਖਾਣੇ ਵਾਲਾ ਉਹਨੂੰ ਵੀ ਹੱਥ ਤੇ ਮਸਲਨਾ ਅੱਛੀ ਤਰ੍ਹਾਂ। ਭੇਜਵਾ ਇੱਕ ਵੱਡੇ ਚਮਚੇ ਦੇ ਹਿਸਾਬ ਨਾਲ ਵਿੱਚ ਇਮਲੀ ਪਾ ਦੋ ਗੁੱਟਲੀਆਂ ਸਮੇਤ ਸਾਲਿਆਂ ਨੂੰ ਅੱਛੀ ਤਰ੍ਹਾਂ ਫਰਾਈ ਕਰਨਾ ਅੱਛੀ ਤਰ੍ਹਾਂ ਪੁੰਨਾ ਕੇ ਇਹਨਾਂ ਦੀ ਖੁਸ਼ਬੂ ਆਣੀ ਸ਼ੁਰੂ ਹੋ ਜਾਵੇ ਅੱਧਾ ਕਿਲੋ ਮੈਂ ਆਲੂ ਲਏ ਸੀ ਨਾ ਕੱਟ ਕੇ ਐਸਾ ਤੇ ਅੱਛੀ ਤਰ੍ਹਾਂ ਵਾਸ਼ ਕਰਕੇ ਪਾ ਦਿੱਤੇ ਅੱਧਾ ਕਿਲੋ ਗੋਸ਼ਤ ਅੱਛੀ ਤਰ੍ਹਾਂ ਵਾਸ਼ ਕਰਨਾ ਹੈ ਦਰਮਿਆਨੀ ਬੋਟੀ ਲੈਣੀ ਹੈ ਉਹ ਪਾ ਦੇਣਾ ਵਿੱਚ ਇਹਨਾਂ ਦੀ ਅੱਛੀ ਤਰ੍ਹਾਂ ਪਨਾਈ ਕਰਨੀ ਹੈ दो छोटिया इलाचियाँ एड कर देनिया सबज इलायची बहुत अच्छी तरह की अपनाई करनी है कि मसाले अपनी खुशबू छड़ देने ਇਨਪੋਂ ਦਾ ਟਮਾੜਾ ਥੋੜਾ ਜਿਹਾ ਪਾਣੀ ਵਿੱਚ ਤੁਸੀਂ ਲਾਣਾ ਹੈ ਕਿ گوشਤ ਤੇ ਆਲੂ ਜਿਹੜੇ ਨੇ ਇਹ ਵਿੱਚ ਕੱਚਾਪਨ ਨਾ ਰਹਿ ਜਾਣ ਇਹਦੇ ਵਿੱਚ ਪੱਕ ਜਾਣ ਅੱਛੀ ਤਰ੍ਹਾਂ ਬਾਅਦ ਚ ਸਰਾਂ ਫਿਰ ਇੱਕ ਸਮੈਲ ਇੱਕ ਕੱਚਾਪਨ ਦਾ ਜ਼ੈਕ ਆਨ ਲੱਗ ਜਾਂਦਾ ਇਸ ਲਈ ਨੂੰ ਅੱਛੀ ਤਰ੍ਹਾਂ ਇਹਦੀ ਪਾਣੀ ਲਗਾ ਕੇ ਦੀ ਪਨਾਈ ਕਰਨੀ ਹੈ ਦੋ ਟਮਾਟਰ ਇਸ ਤਰ੍ਹਾਂ ਕੱਟ ਲੈਣ ਤੇ ਛੇ ਹਰੀਆਂ ਮਿਰਚਾਂ ਇਹ ਚ ਪਾ ਕੇ ਇਨ ਥੋੜਾ ਮਿਕਸ ਕਰਕੇ ਇਹਨੂੰ ਕੁਛ ਤੇ ਇਹਨਾਂ ਤੁਸੀਂ 5 ਜਾਂ 10 ਮਿੰਟ ਇਹਨੂੰ ਦਮ ਤੇ ਰੱਖ ਦੇਣਾ ਯਾਦ ੱੱਬੇ ਦੇ ਨਾਲ ਮੈਂ ਚਾਵਲ ਨਾਪੇ ਸੀ ਦੋ ਡੱਬੇ ਸੀ ਇਹ ਵਾਲੇ ਤੇ ਚਾਵਲ ਜਿਹੜੇ ਨੇ ਮੈਂ ਉਹ ਕਮਸ ਕਮ ਮਿਰਦਾ ਘੰਟਾ ਜਿਹੜਾ ਨੇ ਭਗੋਕ ਰੱਖੇ ਸੀ ਅਸਲੀ ਪਾਣੀ ਕੁਛ ਘਟ ਪਾਵਾਂਗੇ ਚਾਰ ਡੱਬੇ ਮੈਨੂੰ ਪਾਣੇ ਚਾਹੀਦੇ ਸੀ ਤੇ ਮੈਂ 3.5 ਡੱਬੇ ਪਾਏ ਨੇ ਵਿੱਚ ਪਾਣੀ ਤੇ ਜ਼ਿਆਦਾ ਲਗਾਵਾਂਗੇ ਫਿਰ ਚਾਵਲ ਜਿਹੜੇ ਨੂੰ ਗਲ ਜਾਣਗੇ ਜੇ ਪਾਣੀ ਵਿੱਚ ਪਾ ਫਿਰ ਤਾਂ ਟੱਕਨ ਦੇ ਕੇ ਪਾਣੀ ਦੇ ਉਬਲਣ ਦਾ ਇੰਤਜ਼ਾਰ ਕਰਕੇ ਪਾਣੀ ਬਾਲੇ ਖਾਣ ਲੱਗ ਗਿਆ ਹੁਣ ਅਸੀਂ ਤੇ ਚਾਵਲ ਪਾ ਦਾਂਗੇ ਕੋਈ ਵੀ ਦਾਣਾ ਚਾਪਲਾ ਦਾ ਜ਼ਾਇਨੀ ਕਰਨਾ ਚਾਹੀਦਾ ਹੈ ਕਿ ਸਭ ਰਸਕ ਚ ਬਰਕਤ ਹੁੰਦੀ ਹੈ ਚਾਵਲ ਜਿਪਾ ਕੇ ਤੇ ਹਲਕਾ ਜਿਹਾ ਚਮਚਾ ਵਿੱਚ ਹਲਾਣਾ ਕੇ ਸਾਰਾ ਕੁਝ ਮਿਕਸ ਹੋ ਦੇ ਜ਼ੋਰ-ਜ਼ੋਰ ਦੀ ਹਲਾਣਾ ਕੇ ਚਾਵਲ ਟੁੱਟ ਜਾਣ ਰਾਮ ਰਾਮ ਨਾਲ ਜਿਹੜਾ ਨਾ ਚਮਚਾ ਹਲਾ ਕੇ ਮਿਕਸ ਕਰਕੇ ਉੱਪਰ ਟਕਨ ਦੇ ਲੋ ਜੀ ਪਾਣੀ ਹੋ ਗਿਆ ਖੁਸ਼ਕ ਹੁਣ ਇਹਨੂੰ ਮੈਂ ਨਾ ਦਮਤ ਲਾਣ ਲੱਗੀ ਆ ਦਮਤ ਲਾਣ ਲਈ ਪਹਿਲੇ ਚੁੱਲੇ ਦੇ ਉੱਤੇ ਤਵਾ ਰੱਖਣਾ ਅਵੇ ਇਹਦੇ ਉੱਪਰ ਪਤੀਲਾ ਰੱਖ ਕੇ ਉੱਪਰ ਪੋਣਾ ਜਿਹੜਾ ਨਾ ਉਹ ਪਾ ਦੇਣਾ ਪੋਣੇ ਦੇ ਨਾਲ ਧੰਮ ਦੇਣਾ ਲਓ ਜੀ ਸੜਜਾ ਉਹ ਰੱਖੇਗੇ ਨੇ ਧੰਮ ਤੇ ਧੰਮ ਮਿਲਾਵਾਂਗੀ 15 ਮਿੰਟ ਦਰਮਿਆਨੀ ਆਗ ਤੇ ਮੀਡੀਅਮ ਸਾਈਜ਼ ਦਾ ਫਲੇਵਰ ਲਓ ਜੀ ਚਾਵਲ ਹੋ ਗਏ ਤਿਆਰ ਮਾਸ਼ਾਅੱਲਾ ਸੁਭਾਨ ਅੱਲਾ ਮੇਰੇ ਅੱਲਾ ਦੀ ਸ਼ਾਨ जिन्ने जायका ਦਿੱਤਾ ਸਾਡੇ ਖਾਣੇ ਦਾ ਨੇਮ ਤਾਂ ਜਿੰਨਾ ਵੀ ਸ਼ੁਕਰ ਅਦਾ ਕਰੀਏ ਕੰਮ ਹੈ ਅੱਜ ਮਾਸ਼ਾਅੱਲਾ ਸੁਭਾਨ ਅੱਲਾਹ ਬਹੁਤ ਅچھے ਵਾਈਟ ਪਲਾਉ ਬਣ ਗਏ ਮੇਰੇ ਮੈਨੂੰ ਕਮੈਂਟ ਵਿੱਚ لازمی ਦੱਸਣਾ ਕਿ ਤੁਹਾਨੂੰ ਮੇਰਾ ਵਾਈਟ ਪਲਾਉ ਕਿਹਦਾ ਲੱਗਾ ਹੈ ਤੁਸੀਂ ਜ਼ਰੂਰ ਟਰਾਈ ਕਰਨਾ ਤੁਹਾਨੂੰ ਵੀ ਬਹੁਤ ਮਜ਼ਾ ਆਏਗਾ ਮੈਂ ਮੇਰੀ ਡਿਸ਼ ਆਊਟ ਕਰ ਲਵਾਂ ਮਾਸ਼ਾਅੱਲਾ ਸੁਭਾਨ ਅੱਲਾ ਮੇਰੇ ਅੱਲਾ ਦੀ ਕੁਦਰਤ صدਕੇ ਜਮ ਉਹਦੀਆਂ نعمتਾਂ ਉਹਦੀਆਂ ਬਰਕਤਾਂ ਤੋਂ ਜਿੰਨੇ ਸਾਡੇ ਰਿਜ਼ਕ 'ਚ ਇੰਨਾ ਅੱਛਾ ਜ਼ੈਕਾ ਦਿੱਤਾ ਸਾਨੂੰ ਇਸ ਕਾਬਲ ਬਣਾਇਆ ਅਸੀਂ ਅੱਜ ਖਾਣੇ ਬਣਾ ਕੇ ਪੂਰੇ ਦੁਨੀਆ ਤੇ ਦਿਖਾ ਰਹੇ ਆ ਤੇ ਬਹੁਤ ਮਿਹਰਬਾਨੀ YouTube ਫੈਮਲੀ ਦੀ ਜਿਹੜੀ ਸਾਨੂੰ ਇੰਨਾ ਸਪੋਰਟ ਕਰ ਰਹੀ ਹੈ ਇਹਦੇ ਨਾਲ ਹੀ ਆਪਾਂ ਬਣੋਂਦ ਇਜਾਜ਼ਤ ਅੱਲਾ ਹਾਫਿਜ਼